देखते हैं जी कि धंधा होती है। माशाल्लाह माशाल्लाह। उस भाई की खोता रेड़ी है जिहड़ा मेरे पट्ठे वढ़दा, वो इत्थे घाह दे उत्ते छड़ दिंदा वा, जिन्नी देर उन्हें फिर पट्ठे वढ़ने आ। ਅਸੀਂ ਹੁਣ ਚੜ ਗਏ ਸੜਕ ਤੇ, ਅੱਲਾ ਖੈਰ ਕਰੇ, ਹੁਣ ਪਏ ਆ ਪੱਕੇ, ਹੁਣ ਅਸੀਂ ਜਾ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮੁ ਅਲੈਕਮ, ਵੈਲਕਮ ਜਨਾਬ, ਖੁਸ਼ ਆਮਦੀਦ ਤੁਹਾਨੂੰ ਮੇਰੇ ਯੂਟਿਊਬ ਚੈਨਲ ਦੇ ਉੱਤੇ। ਲਓ ਜੀ ਨਈ ਵੀਡੀਓ ਨਹਾਦਾ ਨਾ, ਸੁਬਾਹ ਸੁਬਾਹ ਦੀ ਅੱਜ ਮੈਂ ਤੁਹਾਨੂੰ ਰੂਟੀਨ ਦੱਸਣੀ ਆ। ਹਵਾ ਚੱਲ ਪਈ ਆ ਉਂਝ ਅੱਲਾ ਦਾ ਸ਼ੁਕਰ ਆ, ਲੇਕਿਨ ਜਦੋਂ ਮੈਂ ਪੱਠੇ ਲੱਦ ਰਿਹਾ ਸੀਗਾ ਉਦੋਂ ਹਵਾ ਕੋਈ ਨਹੀਂ ਚੱਲਦੀ। ਚਾਚਾ ਜਿਹਦੇ ਪੱਠੇ ਵੱਡੇ ਆ ਉਹਦਾ ਵਿਚਾਰੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ, ਮੈਂ ਤਾਂ ਚਲੋ ਲੱਦਣ ਡਿਆ ਸੀ ਨਾ, ਜਿਹੜਾ ਚਾਚਾ ਵੱਢਣ ਡਿਆ ਸੀ ਉਹਦਾ ਬਹੁਤਾ ਬੁਰਾ ਹਾਲ ਸੀਗਾ। ਅਤੇ ਇਹ ਜਿਹੜਾ ਸਾਉਣ ਭਾਦੋ ਦਾ ਮਹੀਨਾ ਹੁੰਦਾ ਨਾ, ਇਹਦੇ ਵਿੱਚ ਥੋੜ੍ਹੀ ਜਿਹੀ ਵੀ ਅੱਗੇ ਚੀਜ਼ ਆ ਜਾਵੇ ਨਾ, ਯਾਨੀ ਕਿ ਤੁਸੀਂ ਪੱਧਰੀ ਜਗ੍ਹਾ 'ਤੇ ਬੈਠੇ ਆ ਅਤੇ ਹਵਾ ਨੇ ਅਸਰ ਕਰਨਾ। ਸਾਉਣ ਭਾਦੋ ਦਾ ਮਹੀਨਾ ਇੱਦਾਂ ਦਾ ਹੁੰਦਾ, ਬਾਕੀ ਅੱਲਾਹ ਤਾਲਾ ਦੀ ਬੜੀ ਕਰਮ ਨਵਾਜ਼ੀ ਹੈ, ਇਸ ਵਾਰੀ ਸਾਉਣ ਭਾਦੋ ਦਾ ਮਹੀਨਾ ਪਿਛਲੇ ਮਹੀਨੇ ਪਿਛਲੇ ਸਾਲਾਂ ਤਰ੍ਹਾਂ ਦਾ ਨਹੀਂ ਹੈਗਾ। ਥੋੜ੍ਹੇ ਦਿਨਾਂ ਬਾਅਦ ਬਾਰਿਸ਼ ਹੋ ਜਾਂਦੀ ਆ, ਆਹ ਅੱਜ ਵੀ ਅਲਹਮਦੁਲਿਲਾ ਬੱਦਲ ਆ, ਕੱਲ੍ਹ ਵੀ ਸਾਰੀ ਦਿਹਾੜੀ ਬੱਦਲ ਰਿਹਾ, ਅੱਜ ਵੀ ਆ ਬੱਦਲ ਦੇ ਛੋਟੇ ਛੋਟੇ ਟੁੱਟੇ ਆ ਅਤੇ ਨਾਲ ਹਵਾ ਚੱਲ ਰਹੀ ਆ, ਸ਼ੁਕਰ ਅਲਹਮਦੁਲਿਲਾ ਅੱਲਾਹ ਤਾਲਾ ਦੀ ਬੜੀ ਕਰਮ ਨਵਾਜ਼ੀ ਆ। ਜੇ ਤਾਂ ਹੋਵੇ ਏਡੀ ਏਡੀ, ਆਹ ਦੇਖੋ ਆਹ ਕੱਦ ਕਿੱਦਾਂ ਪੂਰਾ ਹੋਇਆ, ਇਹ ਹੈਗੀ ਆ ਛੋਟੀ, ਹੈ ਵੀ ਬਿਲਡੀ ਆ ਅਤੇ ਹੈ ਵੀ ਛੋਟੀ ਆ। ਜੇ ਤਾਂ ਇੱਦਾਂ ਹੋਵੇ ਅਤੇ ਪੂਰਾ ਖੇਤ ਲੱਗਿਆ ਹੋਵੇ ਫਿਰ ਤਾਂ ਕੋਈ ਮਸਲਾ ਨਹੀਂ ਹੈਗਾ, ਐਵੇਂ ਛੇਤੀ ਪੱਠੇ ਬਣ ਜਾਣ ਅਤੇ ਹੋਵੇ ਵੀ ਥੱਲਿਓ ਸੰਗੜੀ। ਇਹ ਪੈਰਾਂ ਤੋਂ ਬਿਲਡੀ ਆ ਅਤੇ ਉਹ ਇਸ ਕਰਕੇ ਬੂਟਾ ਵੀ ਪੂਰਾ ਨਹੀਂ ਵੱਡਾ ਹੈਗਾ, ਤੋ ਇਸ ਕਰਕੇ ਨਾ ਬੜਾ ਟਾਈਮ ਲੱਗਦਾ ਵਾ ਪੱਠੇ ਪੂਰੇ ਹੋਣ ਨੂੰ। ਜਿਹੜੇ ਆ ਉਹ ਪੂਰੇ ਤਕਰੀਬਨ ਹੁਣ ਹੋ ਗਏ ਆ, ਯਾਨੀ ਕਿ ਜਿੱਥੇ ਤੱਕ ਉਹਨਾਂ ਨੇ ਫਲੀ ਬਣਾਉਣੀ ਸੀ ਬਣਾ ਲਈ ਆ, ਫਲੀ ਹੁਣ ਤਕਰੀਬਨ ਉਹਨਾਂ ਦੀ ਪੂਰੀ ਬਣ ਗਈ ਆ ਮਾਸ਼ਾਅੱਲਾ। ਆਹ ਜਿਹੜੇ ਤੇਲ ਆ ਨਾ, ਇਹਨਾਂ ਦੀ ਕੰਡੀਸ਼ਨ ਹੋਰ ਆ, ਜਿਹੜੇ ਪਿਛਲੇ ਸੀਗੇ ਉਹਨਾਂ ਦੀ ਤਾਂ ਫਿਰ ਸਾਡੇ ਕੋਲ ਨਿਗਹਦਾਸ਼ਤ ਹੀ ਨਹੀਂ ਹੋ ਸਕੀ, ਸਾਡੇ ਕੋਲੋਂ ਖੇਤ ਨਹੀਂ ਸਹੀ ਬਣਿਆ, ਮੇਨ ਚੀਜ਼ ਖੇਤ ਹੀ ਹੁੰਦਾ ਵਾ, ਅਤੇ ਬਾਕੀ ਐਡੀ ਕੋਈ ਇਹਨਾਂ ਦੀ ਕੋਈ ਨਿਗਹਦਾਸ਼ਤ ਦੀ ਲੋੜ ਨਹੀਂ ਹੈਗੀ। ਸਪਰੇਆਂ ਵੀ ਦੋ ਤਿੰਨ ਨਾਰਮਲ ਜਿਹੀਆਂ ਹੀ ਹੋ ਕਰਨੀਆਂ ਪਈਆਂ, ਐਡਾ ਇਹਨੂੰ ਅਲਹਮਦੁਲਿਲਾ ਅੱਲਾਹ ਦੇ ਫਜ਼ਲੋ ਕਰਮ ਨਾਲ ਐਡੀ ਕੋਈ ਬਿਮਾਰੀ ਨਹੀਂ ਇਹਨੂੰ ਪਈ ਹੈਗੀ, ਅਤੇ ਬੜੀ ਕਰਮ ਨਵਾਜ਼ੀ ਅੱਲਾਹ ਤਾਲਾ ਦੀ ਰਹੀ ਆ। ਤਕਰੀਬਨ ਜੀ ਹੁਣ ਤਿਆਰ ਹੋ ਗਈ ਆ, ਇਹ ਦੇਖ ਲਓ ਤੁਹਾਡੇ ਸਾਹਮਣੇ ਆ, ਸਾਰੀ ਫਲੀ ਹੁਣ ਤਿਆਰ ਹੋ ਗਈ ਅਲਹਮਦੁਲਿਲਾ। ਅਤੇ ਬਸ ਹੁਣ ਇਹਨੇ ਪੱਤਾ ਪੀਲਾ ਕਰਨਾ ਸ਼ੁਰੂ ਕਰ ਦੇਣਾ ਵਾ, ਇਹ ਪੱਕਣ ਵੱਲ ਨੂੰ ਦਾਣਾ ਜਾ ਰਿਹਾ, ਅਤੇ ਜਦੋਂ ਹੀ ਇਹ ਅੱਲਾ ਖੈਰ ਕਰੇ ਪੀਲੇ ਹੋ ਜਾਣੇ ਆ ਬੂਟੇ, ਯਾਨੀ ਕਿ ਇਹਦਾ ਪੱਤਾ ਗਿਰ ਜਾਣਾ, ਇਹਨੂੰ ਇਨਸ਼ਾਅੱਲਾ ਵਧਾ ਕੇ ਅਤੇ ਇਹਨੂੰ ਖੜਾ ਕਰ ਦੇਣਾ ਅੱਲਾ ਖੈਰ ਤਲਾ। ਇਹ ਜਨਾਬ ਦੁੰਬਾ ਵਾਲੀ ਚੜੀ ਬੀਜੀ ਆ, ਇਹ ਸੀਗੀ ਬੜੀ ਬਿਲਡੀ, ਬਾਕੀ ਚੜੀ ਠੀਕ ਹੋ ਗਈ ਅੱਲਾ ਦਾ ਸ਼ੁਕਰ ਆ। ਉਸ ਭਾਈ ਦੀ ਖੋਤਾ ਰੇੜੀ ਆ ਜਿਹੜਾ ਮੇਰੇ ਪੱਠੇ ਵੜਦਾ, ਉਹ ਇੱਥੇ ਘਾਹ ਦੇ ਉੱਤੇ ਛੱਡ ਦਿੰਦਾ ਵਾ। ਲਓ ਜਨਾਬ ਪੱਠੇ ਮੇਰੇ ਗਏ ਵੱਡੇ, ਅਤੇ ਹੁਣ ਮੈਂ ਲੈ ਕੇ ਜਾ ਰਿਹਾ ਕਿਉਂਕਿ ਮੇਰਾ ਇੱਕ ਫੇਰਾ ਹੋਰ ਲੱਗਣਾ ਹਜੇ, ਉਹ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਬਾਲਣ ਵੜਦਾ ਦਿਖਾਇਆ ਸੀਗਾ, ਉਹ ਬਾਲਣ ਮੈਂ ਅੱਜ ਚੁੱਕ ਕੇ ਲੈ ਕੇ ਜਾਣਾ ਇਨਸ਼ਾਅੱਲਾ। ਅਤੇ ਇਸ ਕਰਕੇ ਨਾ ਪਹਿਲੋਂ ਪੱਠੇ ਛੱਡ ਕੇ ਆਉਣੇ ਆ, ਫਿਰ ਉਹ ਬਾਲਣ ਆ ਕੇ ਚੁੱਕ ਕੇ ਲੈ ਕੇ ਜਾਣਾ। ਦੇਖਦੇ ਹਾਂ ਜੀ ਕਿੱਦਾਂ ਲਗਾਉਂਦੀ ਆ। ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਸੜਕ 'ਤੇ ਆ ਗਏ ਹਾਂ ਜਨਾਬ। ਕੁਝ ਮੈਂ ਤੁਹਾਨੂੰ ਅੱਗੇ ਵੀ ਵਾਰ ਵਾਰ ਦੱਸਿਆ ਵਾ ਇਹ ਵੀ ਇਹ ਨਾਜ਼ੁਕ ਜਿਹੀ ਫਸਲ ਆ, ਇਹਨੂੰ ਪਾਣੀ ਨਹੀਂ ਸੀ ਲੱਗਿਆ ਹੈਗਾ, ਉਹ ਬਾਰਿਸ਼ ਜ਼ਿਆਦਾ ਹੋਈ, ਹਨੇਰੀ ਆਈ, ਇਹ ਸਾਰੇ ਡਿੱਗੇ। ਹੁਣ ਠੀਕ ਆ, ਇਹ ਆਪਣੀ ਜਗ੍ਹਾ 'ਤੇ ਠੀਕ ਹੋਣਗੇ ਵੀ, ਯਾਨੀ ਕਿ ਨਾਰਮਲ ਜੀ ਇਹਨਾਂ ਨੇ ਮਾੜੀ ਮੋਟੀ ਔਸਤ ਦੇਣੀ ਆ, ਕਿਉਂਕਿ ਜਦੋਂ ਡਿੱਗ ਜਾਂਦੀ ਆ ਇਹ ਨਾਜ਼ੁਕ ਫਸਲ ਆ, ਫਿਰ ਇਹ ਸਮਝ ਲਓ ਫਾਰਗ ਹੀ ਹੋ ਜਾਂਦੀ ਆ। ਇੱਕ ਜੀ ਰਵਾਇਤੀ ਤਰੀਕਾ ਜਿਹੜਾ ਪੁਰਾਣੇ ਦੌਰ ਤੋਂ ਚੱਲਿਆ ਆ ਰਿਹਾ, ਲੇਬਰ ਨੇ ਆਪਣੇ ਹੱਥਾਂ ਨਾਲ ਮੱਕੀ ਲਾਉਣੀ, ਇਹਦੇ ਕੋਲ ਆ ਰਹੇ। ਲਓ ਜੀ ਅਸੀਂ ਹੁਣ ਚੜ੍ਹ ਗਏ ਸੜਕ 'ਤੇ, ਅੱਲਾ ਖੈਰ ਕਰੇ, ਹੁਣ ਪਏ ਹਾਂ ਪੱਕੇ, ਹੁਣ ਅਸੀਂ ਜਾ ਰਹੇ ਹਾਂ ਜੀ ਪਿੰਡ, ਕਿਉਂਕਿ ਹਜੇ ਇੱਕ ਦੂਸਰਾ ਗੇੜਾ ਲੱਗਣਾ, ਮੈਨੂੰ ਤਾਂ ਕੋਈ ਨਹੀਂ ਹੈਗਾ, ਇਹਦਾ ਵਿਚਾਰੀ ਦਾ ਨਹਾਉਣ ਹੋ ਜਾਣਾ, ਇੱਕ ਗੇੜੇ ਜੋਗੀ ਹੋਈ ਆ ਮਸਾਂ। ਮਾਸ਼ਾਅੱਲਾ ਬਹੁਤ ਪਿਆਰੀ ਹਵਾ ਚੱਲ ਪਈ ਆ ਜੀ, ਬੜਾ ਹੀ ਮਜ਼ਾ ਆ ਰਿਹਾ, ਯਕੀਨ ਕਰੋ। ਉੱਤੋਂ ਬੱਦਲ ਹਲਕਾ ਜਿਹਾ, ਹਲਕੀ ਹਲਕੀ ਧੁੱਪ ਨਿਕਲੀ ਹੋਈ ਆ, ਅਤੇ ਸੁਬਾਹ ਸੁਬਾਹ ਦਾ ਅਲਹਮਦੁਲਿਲਾ ਟਾਈਮ ਜੇ 7:30 ਦਾ ਟਾਈਮ ਆ, ਉੱਥੇ ਭਾਈ ਹੁਣ ਵੜਦੇ ਸੀ ਟਾਈਮ ਨਾਲ ਜਦੋਂ ਮੈਂ ਆਇਆ, ਮੈਂ ਐਵੇਂ ਦੋ ਤਿੰਨ ਥੱਪੇ ਹੋਰ ਵੱਢਦੇ ਪਏ ਜਦੋਂ ਮੈਂ ਆਇਆ। ਮੌਸਮ ਬੜਾ ਪਿਆਰਾ ਜੀ, ਅਤੇ ਮੌਸਮ ਵੀ ਇੰਜੋਏ ਕਰ ਰਹੇ ਹਾਂ ਅੱਲਾ ਖੈਰ ਕਰੇ।
तो अज की वीडियो का करने ये ही एंड जी अल्लाह खैर करे नैक्सट वीडियो में फिर मिलेंगे दुआव याद रखो कोशिश करके माड़ी जी वीडियो देख लिया करो मेहरबानी।